देख रहे हैं हरियाणा न्यूज एक्सप्रेस और मैं हूं आपके साथ दिशा। आइए रुख करते हैं इस वक्त की बड़ी खबर की ओर। मुक्तसर में दो दिन से लापता बैंक मैनेजर के शव को कार समेत सरहिंद फीडर नहर से बरामद कर लिया गया है। 24 घंटे रेस्क्यू करने के बाद शव और कार भुलर गांव के पास 200 मीटर दूर से मिली है। एनडीआरएफ की टीम और प्राइवेट गोताखोर गुरुवार रात से शव को तलाश रहे थे। कार शुक्रवार की शाम करीब 6 बजे मिली है, जिसे क्रेन के माध्यम से नहर से बाहर निकाला गया। शव कार की पिछली सीट पर था, फेस पर चोट के निशान है। पुलिस हर एंगल से जांच कर रही है। श्री मुक्तसर साहिब से हमारे संवाददाता नरेंद्र सेठी की रिपोर्ट। मेरा नाम है बांटी सिंह डल्ला गोताखोर, ते मैं कई सालां तो मेरा डल्ला पिंड है जी जगराओं कोले लुधियाने जिले दे विच। इत्थे कदों आए सी तुसीं? सानूं असीं कल सुबह दी आए होए आं इत्थे। कल भरा ने फोन लाया सी वी साडे नाल आह हादसा वापरिया वा, ते मैं मौके ते पहुंच गया जी। ते कल जदों सर्च कीता ते सानूं नेरा हो गया, ते फिर असीं जी मतलब घरे चले गए जी। ते उस तों बाद जदों सुबह जी 7 बजे इन्हां दी टीम आ गई सीगी, फोर्स आ जिहड़ी, ते उन्हां ने बहुत ज्यादा मतलब के सर्च कीता आपदा। ते जदों जी पिंड वाले आए उन्हां ने कुंडियां सिटियां। सब तो वड्डा सहयोग है जी जिहड़ा पिंड वालिआं दा, उन्हां ने देसी नौते दे नाल आपदी कुंडी गड्डी दे विच वसाली, ते उस तों बाद जिहड़ी फोर्स आ उन्हां ने सर्च कीता। ते उस तों बाद मैं कहा वी चलो इक वार मैं वी ट्राई करदा। ते जदों ट्राई कीता जी मेरे पैरां नूं गड्डी लगी, ते गड्डी दे मैं विच वज्जिआ जदों थल्ले गिआ वां बिना ऑक्सीजन दे विच। ते फोर्स वाले फिर भी नहीं मन रहे सी, पर मैं उन्हां नूं कहा वीरे वी मैं आपदी टीम बुला लैंदा वां। फिर मैं रिंकू भाजी हुणी सादिक ਤੇ ਹੈਪੀ ਮੇਰਾ ਵੀਰ ਰੋਪੜ ਤੋਂ ਆਇਆ, ਤੇ ਇਹਨਾਂ ਨੂੰ ਮੈਂ ਬੁਲਾਇਆ, ਤੇ ਇਹਨਾਂ ਨੇ ਜੀ ਗੱਡੀ ਨੂੰ ਰੱਸਾ ਪਾਇਆ ਤੇ ਡੈੱਡ ਬੋਡੀ ਨੂੰ ਵੀ ਰੱਸਾ ਪਾਇਆ। ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਪਿੰਡ ਵਾਲਿਆਂ ਦਾ, ਭੁੱਲਰ ਪਿੰਡ ਦਾ ਜੀ। ਇਹ ਮੌਕਸਰ ਜ਼ਿਲ੍ਹੇ ਦੇ ਵਿੱਚ ਹਾਦਸਾ ਹੋਇਆ ਸੀਗਾ, ਤੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਜ਼ਿਆਦਾ ਵੀਰੇ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ। ਸਾਦਿਕ ਨੂੰ ਬੁਲਾਇਆ ਜੀ, ਦੂਜਾ ਮੁੰਡਾ ਸਾਦਿਕ ਤੁਹਾਡਾ, ਸਾਦਿਕ ਜਿਹੜਾ ਮੁੰਡਾ ਉਤਰਿਆ ਜੀ ਵਿੱਚ ਹੈਪੀ ਕੌਣ ਹੈ ਤੁਸੀਂ ਉਤਰੇ ਸੀ? ਮੇਰੇ ਸਾਦਿਕ ਹੈਪੀ ਹੈ ਜੀ, ਯਾਦ ਕਰ ਲਾ ਉੱਪਰ ਆਈਡੀ ਮਾੜੀ ਜੀ ਬੰਟੀ ਸਿੰਘ ਡੱਲੇ ਪਿੰਡ ਦੇ। ਉਹਨਾਂ ਨੇ ਵੀਰਾਂ ਨੇ ਸਾਨੂੰ ਸੂਚਨਾ ਦਿੱਤੀ ਬਈ ਇੱਕ ਉਰੇ ਗੱਡੀ ਗਿਰੀ ਹੋਈ ਹੈ ਮੁਕਤਸਰ ਸ਼ਹਿਰ ਦੇ ਵਿੱਚ, ਬਈ ਅਸੀਂ ਕੱਲ ਦੇ ਲੱਗੇ ਹੋਏ ਆ ਉਰੇ, ਸਾਡੇ ਨਾਲ ਐਨਡੀਆਰਐਫ ਟੀਮ ਵੀ ਹੈ। ਗੱਡੀ ਐਨਡੀਆਰਐਫ ਨੂੰ ਲੱਭੀ ਕਿ ਤੁਹਾਨੂੰ ਲੱਭੀ ਪਹਿਲਾਂ? ਨਹੀਂ, ਗੱਡੀ ਆਪਣੇ ਗੋਤਾਖੋਰ ਵੀਰ ਬੰਟੀ ਸਿੰਘ ਨੂੰ ਮਿਲੀ ਸੀਗੀ, ਤੇ ਉਹ ਕਹਿੰਦੇ ਬਈ ਪਾਣੀ ਥੋੜ ਜਾ ਡੂੰਘਾ ਹੋਣ ਕਾਰਨ ਰੱਸੇ ਪਾਉਣ ਦੇ ਵਿੱਚ ਦਿੱਕਤ ਆ ਰਹੀ ਸੀਗੀ। ਫਿਰ ਭਾਈ ਨੇ ਸਾਡਾ ਸਹਿਯੋਗ ਲਿਆ ਜੀ, ਉਹਨੇ ਸਾਨੂੰ ਕੰਟੈਕਟ ਕਰਕੇ ਦੱਸਿਆ ਵੀ ਉੱਥੇ ਗੱਡੀ ਗਿਰੀ ਹੋਈ ਹੈ, ਆ ਜਾਓ। ਫਿਰ ਆਪਣੇ ਪਹਿਲਾਂ ਜਿਹੜੇ ਸਾਡੇ ਸੀਨੀਅਰ ਗੋਤਾਖੋਰ ਸੀਗੇ ਸਾਦਿਕ ਅੰਸਾਰੀ ਜੀ, ਉਹ ਭਾਖਰ ਇਹਦੇ ਨਹਿਰ ਦੇ ਵਿੱਚ ਉਤਰੇ, ਜੋ ਕਿ ਤਕਰੀਬਨ 25 ਫੁੱਟ ਪਾਣੀ ਦੀ ਗਹਿਰਾਈ ਹੈ। ਉਹਦੇ ਵਿੱਚ ਪਹਿਲਾਂ ਉਹਨਾਂ ਨੇ ਗੱਡੀ ਦੇਖੀ ਜਾ ਗਈ, ਤੇ ਉਸ ਤੋਂ ਬਾਅਦ ਉਹਨਾਂ ਨੇ ਪਾਣੀ ਦੇ ਵਿੱਚ ਜਾ ਕੇ ਡੈੱਡ ਬੋਡੀ ਦੇਖੀ, ਤੇ ਉਹਨਾਂ ਨੇ ਡੈੱਡ ਬੋਡੀ ਨੂੰ ਜਾਂਦੇ ਸਾਰ ਰੱਸਾ ਬੰਨ ਪਾਈ। ਉਹਨਾਂ ਨੇ ਬਾਹਰ ਆ ਕੇ ਦੱਸਿਆ ਵੀ ਮੈਂ ਡੈੱਡ ਬੋਡੀ ਨੂੰ ਰੱਸਾ ਬੰਨਿਆ ਆ। ਬਾਕੀ ਫਿਰ ਬਾਅਦ 'ਚ ਟਾਈਮ ਮਿਲਿਆ ਜਿਵੇਂ ਸਾਨੂੰ, ਫਿਰ ਥੋੜ੍ਹੀ ਦੇਰ ਬਾਅਦ ਅਸੀਂ ਗੱਡੀ ਬੰਨੀ ਗਈ। ਉਸ ਵਾਰ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਆਮ ਲੋਕਾਂ ਨੂੰ ਕੀ ਐਡਰੈਸ ਵਗੈਰਾ ਦਊਂਗੇ ਜਿੱਥੇ ਤੁਹਾਨੂੰ ਮਿਲਿਆ ਜਾ ਸਕਦਾ? ਵੈਸੇ ਵੀ ਸਾਡੇ ਗੋਤਾਖੋਰਾਂ ਨੇ ਨੰਬਰ ਪਾਏ ਹੋਏ ਆ ਸੋਸ਼ਲ ਮੀਡੀਆ ਦੇ ਵਿੱਚ, ਆਪਣੇ ਸਾਦਿਕ ਅੰਸਾਰੀ ਜੀ ਦਾ ਪਟਿਆਲਾ ਪੈਣ ਦਾ ਜੀ, ਸਾਡਾ ਹੈਗਾ ਰੋਪੜ ਜ਼ਿਲ੍ਹਾ, ਆਪਣੇ ਰਿੰਕੂ ਭਾਜੀ ਫਲੋਰ ਤੋਂ ਨੇ ਜੋ ਕਿ ਜਲੰਧਰ ਜ਼ਿਲ੍ਹਾ ਪੈਂਦਾ, ਬਾਕੀ ਬੰਟੀ ਭਾਜੀ ਨੇ ਜਿਹੜੇ ਲੁਧਿਆਣੇ ਦੇ ਨੇ ਉਹਨਾਂ ਨੂੰ ਡੱਲਾ ਸ਼ਹਿਰ ਪੈਂਦਾ। ਥੈਂਕ ਯੂ ਜੀ। ਸਾਨੂੰ ਜੀ ਕੱਲ੍ਹ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਸਿਮਰਨ ਨਾਲ ਦਾ ਨਾਮ ਦਾ ਮੁੰਡਾ ਹੈਗਾ, ਤੇ ਉਹ ਜੋ ਹੈਗਾ ਪਰਸੋਂ ਰਾਤ ਤੋਂ ਗਾਇਬ ਹੈ ਤੇ ਮਿਲ ਨਹੀਂ ਰਿਹਾ। ਤੇ ਜਦੋਂ ਉਹਦੇ ਵੇਅਰ ਅਬਾਊਟਸ ਦੇ ਬਾਰੇ ਪਤਾ ਕੀਤਾ ਤੇ ਇਹ ਪਤਾ ਲੱਗਿਆ ਕਿ ਆਪਣੇ ਉਹ ਸਾਥ ਦੋਸਤਾਂ ਦੇ ਨਾਲ ਬੁੱਲਰਾਂ ਦੀ ਨਹਿਰ ਤੇ ਆਇਆ ਸੀ। ਰਾਤੀ ਸਾਰੇ ਇਕੱਠੇ ਹੋ ਕੇ 2-3 ਘੰਟੇ ਇੱਥੇ ਬੈਠੇ ਸੀ। ਉਸ ਤੋਂ ਬਾਅਦ ਜੋ 7 ਬੰਦੇ ਸੀਗੇ ਉਹ ਮੂਵ ਕਰ ਗਏ, ਤੇ ਸਿਮਰਨ ਕਹਿੰਦਾ ਸੀ ਮੈਂ ਘਰ ਚੱਲਿਆ, ਬਟ ਉਹ ਘਰ ਪਹੁੰਚਿਆ ਨਹੀਂ। ਅਗਲੇ ਦਿਨ ਸਵੇਰੇ ਜੋ ਉਹਨਾਂ ਦੀ ਵਾਈਫ ਹੈ ਉਹਨਾਂ ਨੂੰ ਇਹ ਟੈਨਸ਼ਨ ਹੋਈ ਕਿ ਲੜਕਾ ਕਿੱਥੇ ਗਿਆ। ਉਹਨਾਂ ਨੇ ਜਦੋਂ 7 ਬੰਦਿਆਂ ਨਾਲ ਕੰਟੈਕਟ ਕੀਤਾ ਤੇ ਗੱਲ ਸਾਹਮਣੇ ਆਈ ਕਿ ਕਿਸੇ ਨੇ ਉਹਨੂੰ ਦੇਖਿਆ ਨਹੀਂ ਹੈ, ਉਹ ਸਾਡੇ ਕੋਲ ਆਏ ਪੁਲਿਸ ਦੇ ਕੋਲ। ਪੁਲਿਸ ਕੋਲ ਆਉਣ ਤੋਂ ਬਾਅਦ ਅਸੀਂ ਸਾਰੇ ਬੰਦੇ ਨੂੰ ਬੁਲਾ ਕੇ ਇੱਕ ਵਾਰੀ ਡਿਟੇਲ ਵਿੱਚ ਵੈਰੀਫਾਈ ਕੀਤਾ ਕਿ ਕੀ ਹੈਗਾ, ਤੇ ਲਾਸਟ ਪਲੇਸ ਜੋ ਕਿ ਜਿੱਥੇ ਅਸੀਂ ਖੜੇ ਹਾਂ ਇੱਥੇ, ਇੱਥੇ ਸਾਡੀ ਟੀਮਸ ਆਈ। ਟੀਮਸ ਦੇ ਆਉਣ ਤੋਂ ਬਾਅਦ ਅਸੀਂ ਦੇਖਿਆ ਕਈ ਸਕਿਡ ਮਾਰਕਸ ਦੇ ਨਿਸ਼ਾਨ ਸਾਨੂੰ ਨਜ਼ਰ ਆਏ, ਕੁਝ ਸਾਨੂੰ ਈਟਾਂ ਨਜ਼ਰ ਆਈਆਂ ਜੋ ਉਖੜੀ ਹੋਈ ਸੀਗੀਆਂ, ਤੇ ਸਾਡਾ ਉੱਥੋਂ ਇੱਕ ਅਸੰਪਸ਼ਨ ਸਟਾਰਟ ਹੋਇਆ ਕਿ ਹੋ ਸਕਦਾ ਜੋ ਗੱਡੀ ਹੈਗੀ ਉਹ ਨਹਿਰ ਦੇ ਵਿੱਚ ਡਿੱਗੀ ਹੋਵੇ। ਉਸ ਤੋਂ ਬਾਅਦ ਇੱਕ ਸਰਚ ਐਂਡ ਰੈਸਕਿਊ ਆਪਰੇਸ਼ਨ ਸਟਾਰਟ ਕੀਤਾ ਗਿਆ, ਜਿਹਦੇ ਵਿੱਚ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਤੇ ਨਾਲ ਪ੍ਰਾਈਵੇਟ ਗੋਤਾਖੋਰ ਜੋ ਹੈਗੇ ਇਹਨਾਂ ਨੂੰ ਬੁਲਾਇਆ ਗਿਆ ਵੱਖ-ਵੱਖ ਜਗ੍ਹਾਵਾਂ ਤੋਂ।
आज सवेर तो सारी जो टीम है लगी हुई हैं, फाइनली सानू इत्थे गड्डी भी लोकेट हो गई, ते नाल जो अनफॉर्चुनेट इंसीडेंट जो मुंडे दे नाल होया वो भी मिल गया। जो बॉडी हैगी लड़के दी ओनू पोस्टमार्टम लिए भेजता जा चुका है, ते जो गड्डी हैगी फोरेंसिक टीम इत्थे आ रही है ये एसरटेन करन लई कि ये एक्सीडेंट सीगा या ये फाउल प्ले सी। जो भी कार्रवाई इहदे विच मेरिट ते बनूगी वो कीती भी जाऊगी। ते मैं अगेन स्पेशल मैनशन देना चाहना NDRF दी टीम नूं, ते जो प्राइवेट गोताखर सीगे एक साधिक एक हैप्पी एक रिंकू सागर और बंटी, इन सारे ने बहुत वधिया काम करके अपनी जान नूं जोखिम में डाल के चलदे पानी दे विचों गड्डी ट्रेस भी कीती है ते बाहर भी कढ़ी है। थैंक यू। पता लग्या वी जो फ्रेंड सी इहनां दे नाल जो इत्थे आए ने नहीं जी, हरे तक कोई गलबात सामने नहीं आई है। जो सात फ्रेंड्स हैगे इन्हां दे बड़े पुराने फ्रेंड्स हैगे, ते इन्हां दे विचों जो एक शामी ये सेलीब्रेशन लई इकट्ठे हुए सी, बट कोई लड़ाई झगड़े वाली गल हले तक सामने नहीं आई है जिहदे नाल एक फाउल प्ले असीं सस्पेक्ट कर सकीए। बट असीं सारे एंगल्स फरोलांगे, हर चीज़ नूं ध्यान नाल देखिया जाएगा, जो पोस्टमार्टम रिपोर्ट है उहनूं ध्यान नाल फरोल के ते फोरेंसिक जो गड्डी दी होनी है ओदे नाल करा के जो भी कार्रवाई बंदी होएगी वो की जाएगी। सर पूरी जिला पुलिस दे विच तुसी कल्ले नहर दे विच उतरे हो NDRF दे नाल, इज दिस फर्स्ट एक्सपीरियंस फॉर एनीथिंग एल्स? नहीं नहीं जी, मैं अकेला नहीं सीगा जी, मेरे नाल मेरे DSP सतनाम हैगे, SHO सदर हैगे हरप्रीत, इंस्पेक्टर गुरविंदर इंचार्ज CIA, ते सारी की सारी जो टीम हैगी सारिया दा जॉइंट एफर्ट हैगा। ते एदे नाल मैं यही कहना चाहना है कि जो पुलिस हैगी जी बड़ी एक्टिव हैगी, ते नाल बड़ी रिस्पोंसिव है, तुसी साडे कोल आओ, कोई इश्यूज क्रिएट होंदे वी आर ऑलवेज हियर टू हेल्प यू। थैंक यू। हमारे फेसबुक पेज को लाइक फॉलो और शेयर करें, साथ ही यूट्यूब चैनल को लाइक करें सब्सक्राइब करें और ताज़ा खबरों के लिए बेल आइकॉन को दबाना न भूलें।